पंजाबनामा टीवी ई पेपर वधेरे जानकारी लई ते अपने शहर की कोई भी खबर देन लई साडे नाल संपर्क करो 9951390005। सब्सक्राइब करो साडे चैनल नू, लेटेस्ट वीडियो देखने लई बेल आइकॉन दा बटन दबो। कोरोना वायरस की महामारी के चलते जदों का लॉकडाउन सरकार वालों किया गया है उस तों तो ही जगराओं के महला रावी वाला खूह के लोड़वंद लोगों तक सरकारी राशन नहीं पहुँचा। महला वासियों ने रोस करदिया मीडिया नूं कहा कि साढ़े वार्ड की कौंसलर जो कि सरकार वालों सरकारी राशन भेजा जाता है वह राशन सिर्फ अपने चहेतिया ही खुश करने वंड दिता जा रहा है और सानू वह राशन नहीं मिलिया। बॉबी सहजल जगराओं। असी सर यही मंग करते हैं कि जेडे साडे महल्ले दे गरीब आ भी कृपा करके उन्होंने भी सरकारी राशन की मदद की जाए। हाँ जी, मदद इस तरह भी जो कि साडे कांग्रेस पार्टी के चहेतियां दी अपने अपने लिंक के लोगों के राशन बंड रहे हैं, होर किसी बंदे की बात नहीं पुछ रहे। हालांकि मैनू राशन नहीं चाहिए, मेरे घर सब कुछ दिता है परमात्मा ने। हाँ जी, बीबी आ, बीबी विधवा वा, एक बच्चा, एक मुंडा मेंटली अपसैट आ, ਇਹਦੀ ਵੀ ਕਿਸੇ ਨੇ ਬਾਤ ਨਹੀਂ ਪੁੱਛੀ ਜੀ। ਸਾਡਾ ਤਾਂ ਇਹੀ ਨਾਰਾ ਨਾਰਾ ਵੀ ਜਿਹੜੇ ਸਾਡੇ ਮਹੱਲੇ ਦੇ ਗਰੀਬ ਆ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਆ ਵੀ ਥੋੜਾ ਜਿਹਾ ਨੀਵੀਂ ਨਜ਼ਰ ਨਾਲ ਉਹਨਾਂ ਨੂੰ ਵੀ ਦੇਖਿਆ ਜਾਵੇ। ਇਹ ਵਾਰਡ ਨੰਬਰ ਕਿੰਨਾ ਦਾ, ਕੀ ਨਾਮ ਐਮਸੀ ਦਾ? 7 ਨੰਬਰ ਵਾਰਡ ਹੈ ਜੀ ਸਾਡੇ। ਬੀਬੀ ਚਰਜੀਤ ਕੌਰ ਜਿਹੜੇ ਮਗਰ ਕੌਂਸਲ ਦੇ ਪ੍ਰਧਾਨ ਸੀਗੇ ਉਹਨਾਂ ਦਾ ਵਾਰਡ ਹੈ ਜੀ। ਤੁਸੀਂ ਉਹਨਾਂ ਨੂੰ ਮਿਲੇ ਜਾ ਕੇ? ਨਹੀਂ ਜੀ, ਅਸੀਂ ਨਹੀਂ ਮਿਲੇ। ਜੇ ਮਿਲੋਗੇ ਤਾਂ ਹੀ ਰਾਸ਼ਨ ਤੁਹਾਨੂੰ ਦੇਣਗੇ ਉਹ। ਦੇਖੋ ਜੀ, ਜਦੋਂ 300 ਬੰਦੇ ਦੀ ਪਹਿਲਾਂ ਲਿਸਟ ਬਣ ਕੇ ਗਈ ਆ, ਕੀ ਗੱਲ ਹੈ, ਬੰਦੇ ਮਹੱਲੇ 'ਚ ਨਹੀਂ ਸੀਗੇ? ਆਧਾਰ ਕਾਰਡ ਲੈ ਕੇ ਆਰਡਰ ਕਿੰਨੇ ਨੂੰ ਰਾਸ਼ਨ ਮੰਡਿਆਂ ਨੂੰ? ਨਹੀਂ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਮਤਲਬ ਜਿਹੜਾ ਰਾਸ਼ਨ ਤੁਹਾਡੇ ਉਹ ਮਹੱਲੇ ਦੇ ਵਿੱਚ ਆਇਆ ਵਾ? ਸਰਕਾਰੀ ਰਾਸ਼ਨ ਆਇਆ ਜੀ, ਡੇਲੀ ਆਉਂਦੀਆਂ ਗੱਡੀਆਂ ਸਰਕਾਰੀ ਰਾਸ਼ਨ ਦੀਆਂ। ਹਾਂਜੀ, ਬਾਕੀ ਹੋ ਰਿਹਾ ਦੇਖੋ ਜੀ, ਇਹ ਬੀਬੀਆਂ, ਇਹ ਬੀਬੀ ਵਿਧਵਾ ਵਾ, ਇਹ ਬੀਬੀ ਵਿਧਵਾ ਵਾ। ਹਾਂਜੀ, ਇਹ ਦੋਨੇ ਬੀਬੀਆਂ ਵਿਧਵਾ ਵਾ। ਹਾਂਜੀ ਹਾਂਜੀ, ਇਹਨਾਂ ਦੇ ਘਰੇ ਰਾਸ਼ਨ ਦੀ ਲੋੜ ਆ, ਠੀਕ ਆ ਜੀ। ਰਾਸ਼ਨ ਜਿਨ੍ਹਾਂ ਦੇ ਘਰੇ ਲੋਕਾਂ ਦੇ ਏਸੀ ਚੱਲਦੇ ਆ, ਹਾਂਜੀ, ਉਹਨਾਂ ਦੇ ਘਰ ਤੱਕ ਰਾਸ਼ਨ ਆਪ ਪਹੁੰਚਾ ਕੇ ਜਾਂਦੇ ਆ। ਹਾਂਜੀ, ਜਿਹੜੀਆਂ ਵਿਚਾਰੀਆਂ ਵਿਧਵਾ ਬੀਬੀਆਂ ਵਾ, ਹਾਂਜੀ, ਇਹਨਾਂ ਦਾ, ਇਹਨਾਂ ਦੀ ਕੋਈ ਬਾਤ ਕੋਈ ਸਾਰ ਨਹੀਂ ਪੁੱਛ ਰਿਹਾ ਜੀ। ਸਾਡਾ ਕਿਸੇ ਨਾਲ ਕੋਈ ਰੌਲਾ ਨਹੀਂ, ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਆ ਵੀ ਇਹ ਗਰੀਬਾਂ ਦੇ ਮਾੜਾ ਮੋਟਾ ਦੇਖਿਆ ਜਾਵੇ। ਸਾਨੂੰ, ਮੈਨੂੰ ਰਾਸ਼ਨ ਦੀ ਲੋੜ ਨਹੀਂ ਹੈ। ਇੱਕ ਤੁਸੀਂ ਹੋਰ ਗੱਲ ਕਰਦੇ ਪਏ ਸੀਗੇ ਵੀ ਮਤਲਬ 5-5 ਵੇਰੀ ਰਾਸ਼ਨ ਚਲਾ ਗਿਆ ਵਾ, ਉਹ ਕੀ ਕਹਿੰਦੇ ਤੁਸੀਂ? ਇਹ ਰਾਸ਼ਨ ਭਾਈ ਜੀ 26 ਮਾਰਚ ਦਾ ਲਾਕਡਾਊਨ ਹੋਇਆ, 24 ਮਾਰਚ ਦਾ। ਹਾਂਜੀ, 24 ਮਾਰਚ ਤੋਂ ਤੁਰੰਤ ਰੋਟਰੀ ਕਲੱਬ ਵੀ ਇੱਥੇ ਰਾਸ਼ਨ ਦੇ ਕੇ ਗਈ ਆ। ਹਾਂਜੀ, ਉਹਦੇ ਵਿੱਚ ਰੋਟਰੀ ਕਲੱਬ ਜੋ ਰਾਸ਼ਨ ਦਿੱਤਾ ਵਾ। ਹਾਂਜੀ, ਮੈਂ ਵੀ ਸਬੂਤ ਕਰਮਾ, ਇੱਕ ਬੀਪੀ ਦੇ 2 ਬੱਚੇ ਵਿਦੇਸ਼ ਵਿੱਚ ਰਹਿੰਦੇ ਆ ਜੀ, 10 ਲੱਖ ਦੀ ਉਹਦੇ ਘਰੇ ਗੱਡੀਆਂ ਖੜੀਆਂ ਵਾ ਜੀ, ਉਹਨਾਂ ਨੂੰ ਵੀ ਰਾਸ਼ਨ ਦਿੱਤਾ ਗਿਆ ਜੀ। ਇਹ ਜੋ ਇੱਥੇ ਖੜੇ ਆ, ਜੋ ਤੁਸੀਂ ਕਿਸੇ ਦੀ ਗੱਲ ਕਰਦੇ ਹੋ ਸੰਸਥਾ ਦੀ ਜਾਂ ਮਤਲਬ ਇਹਨਾਂ ਕੋਲੇ, ਕਿਸੇ ਕੋਲੇ ਰਾਸ਼ਨ ਨਹੀਂ ਪਹੁੰਚਿਆ? ਦੱਸਦੇ ਹੀ ਨੀ ਜੀ, ਪੁੱਛਦੇ ਹੀ ਨੀ, ਕਿਸੇ ਦੱਸਦੇ ਨੀ। ਰਾਤ ਨੂੰ 9 ਵਜੇ ਕੋਈ 8 ਵਜੇ ਨੇਰੇ ਆ, ਫਿਰ ਚੋਰੀ ਜੋ ਰਾਸ਼ਨ ਆਉਂਦਾ ਵਾ ਤੁਹਾਡਾ, ਤੁਸੀਂ ਤੁਹਾਡਾ ਕਹਿਣਾ ਵਾ ਵੀ ਨੇਰੇ ਆਉਂਦਾ ਉਹ? ਬਿਲਕੁਲ ਜੀ, ਚੋਰੀ ਛਪੋਰੀ ਆਉਂਦਾ ਵਾ। ਟੋਟਲ ਕਿੰਨੇ? ਆਪਣੇ ਕੋਲ ਬਹੂ ਹੈਗਾ ਨਾ ਸਬੂਤ, ਉਹ ਫੋਟੋਆਂ, ਫੋਟੋਆਂ ਸਾਡੇ ਕੋਲੇ ਉਹਦੀਆਂ। ਟੋਟਲ ਕਿੰਨੇ ਘਰ ਦੱਸੇ ਤੁਸੀਂ ਇਸ ਵਾਰਡ 'ਚ? 1800 ਵੋਟ ਆ ਜੀ ਸਾਡੇ ਵਾਰਡ। ਜਿਹੜੇ ਪਰਿਵਾਰ ਆਪਣੇ ਜਿਨ੍ਹਾਂ ਨੂੰ ਰਾਸ਼ਨ ਨਹੀਂ ਮਿਲਿਆ, ਇਹ ਤਕਰੀਬਨ ਕਿੰਨੇ ਪਰਿਵਾਰ ਨੇ? ਇਹ ਘੱਟੋ ਘੱਟ ਬਾਹਲੇ ਨੇ ਜੀ, 25-30 ਪਰਿਵਾਰ ਹੋਣਗੇ। ਜਿਨ੍ਹਾਂ ਕੋਲੇ ਜਦੋਂ ਦਾ ਲਾਕਡਾਊਨ ਹੋਇਆ ਵਾ, ਜਦੋਂ ਦਾ ਸਰਕਾਰ ਨੇ ਰਾਸ਼ਨ ਭੇਜਿਆ, ਨਹੀਂ ਆਇਆ? ਨਹੀਂ ਆਇਆ ਜੀ, ਨਹੀਂ ਆਇਆ, ਇੱਕ ਚੌਲ ਦਾ ਦਾਣਾ ਵੀ ਨਹੀਂ ਆਇਆ। ਤੇ ਤੁਸੀਂ ਉੱਪਰ ਅਪੀਲ ਕੀਤੀ ਐਸਡੀਐਮ ਸਾਹਿਬ ਨੂੰ? ਐਸਡੀਐਮ ਸਾਹਿਬ ਨੂੰ ਛੱਡੋ ਜੀ, ਇੱਥੇ ਰਾਜਸਮੀ ਸ਼ਾਸਨ ਘਰ ਦੀ ਗੱਡੀ ਆਉਂਦੀ ਆ, ਠੀਕ ਹੈ, ਉਹ ਵੀ ਰਾਸ਼ਨ ਦੀ ਗੱਡੀ ਭਰ ਕੇ ਪਤਾ ਨਹੀਂ ਕਿੱਥੇ ਗਾਇਬ ਕਰ ਦਿੰਦੇ ਆ। ਨਹੀਂ, ਉੱਤੇ ਵੀ ਨਾ ਲਿਖਿਆ ਤਾਲਾ, ਉੱਤੇ ਵੀ ਨਾ ਲਿਖਿਆ, ਉਹ ਵੀ ਪਤਾ ਨਹੀਂ ਰਾਸ਼ਨ ਦੀ ਗੱਡੀ ਭਰ ਕੇ ਕਿੱਥੇ ਗਾਇਬ ਕਰ ਦਿੰਦੇ ਆ। ਇੱਥੋਂ ਗੱਡੀ ਭਰ ਕੇ ਆਉਂਦੀ ਆ, ਇੱਥੋਂ ਰਾਸ਼ਨ ਪਟਾ ਕੇ ਲੈ ਜਾਂਦੇ ਆ। ਇੱਕ ਦਿਨ ਦੀ ਗੱਲ ਆ, ਮੈਂ ਵੀ ਤੁਹਾਨੂੰ ਦਿਖਾਉਂਗਾ, ਬੱਚਾ, ਉਹਦੇ ਮਾਂ ਬਾਪ ਵੀ ਹੈ ਨੀ ਗਏ, ਉਹ ਬੱਚਾ ਕਲਪਕ ਹੀ ਮਰ ਗਿਆ, ਉਹ ਮੈਨੂੰ ਇੱਕ ਪੈਕਟ ਦੇ ਦਿਓ, ਮੈਨੂੰ ਇੱਕ ਪੈਕਟ ਦਿਓ, ਉਹ ਨਹੀਂ ਨਹੀਂ ਉਹ ਤੇਰਾ ਨਾਂ ਨਹੀਂ ਲਿਖਿਆ। ਇਹ ਮਤਲਬ ਕਿ ਪਹਿਲਾਂ ਭੈਣ ਨਾਲ ਖਾਣਾ ਪਊਗਾ, ਫਿਰ ਰੋਟੀ ਮਿਲੂ ਗਰੀਬ ਆਦਮੀ ਨੂੰ। ਇੱਕ ਤੁਸੀਂ ਗੱਲ ਕੀਤੀ ਆ ਵੀ ਜੋ ਰਾਧਾ ਸਵਾਮੀ ਸਤਸੰਗ ਬਿਆਸ ਸਤਸੰਗ ਘਰ ਜਗਰਾਓ ਆ, ਉਹ ਗੱਡੀ ਭਰ ਕੇ ਤੁਹਾਡੇ ਜਿਹੜਾ ਵਾਰਡ ਆ, ਵਾਰਡ ਨੰਬਰ 7 ਇੱਥੇ ਆਉਂਦੀ ਆ, ਉਹ ਗਾਇਬ ਹੋ ਜਾਂਦੀ ਆ, ਕਿ ਤੁਸੀਂ ਇਹਦੀ ਜਗ੍ਹਾ ਤੇ ਆਉਂਦੀ ਆ ਜੀ? ਇਸੇ ਜਗ੍ਹਾ ਤੇ ਤੁਸੀਂ ਉਹਦੀ ਸ਼ਿਕਾਇਤ ਕੋਈ ਮਤਲਬ ਸਤਸੰਗ ਘਰ ਕੀਤੀ ਆ ਜੀ ਉਹਨਾਂ ਨੂੰ? ਨਹੀਂ ਜੀ, ਅਸੀਂ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਕਰਨੀ। ਹਾਂਜੀ, ਉਹ ਕਿਹੜਾ ਅੰਨੇ ਆ, ਉਹਨਾਂ ਨੂੰ ਗਰੀਬ ਨਹੀਂ ਦਿਖਦੇ ਜੀ? ਜੇ ਉਹਨਾਂ ਨੂੰ ਗਰੀਬ ਨਹੀਂ ਦਿਖਦੇ, ਫਿਰ ਗਰੀਬਾਂ ਨੂੰ ਜ਼ਰੂਰ ਉਹਨਾਂ ਦੇ ਆ ਜਾ ਕੇ ਅਸੀਂ ਮਿਹਨਤ ਕਰਨੀ ਉਹਨਾਂ ਦੀ ਜੀ। ਜੇ ਮਹਾਰਾਜ ਨੇ ਇਹਨਾਂ ਦੇ ਪੇਟ ਲਾਇਆ ਤਾਂ ਰੋਟੀ ਵੀ ਦਊਗਾ ਕਿਸੇ ਪਾਸੇ। ਬਿਲਕੁਲ, ਪਰ ਦੇਖੋ 2 ਰਾਏ ਵਾਲੀ ਕੰਮ ਬਿਲਕੁਲ ਗਲਤ ਆ ਜੀ। ਜਿਹੜੀ 2 ਰਾਏ ਅੰਡ ਵੰਡ ਕਰਦੇ ਆ ਨਾ, ਉਹ ਬਿਲਕੁਲ ਗਲਤ ਗੱਲ ਸੀ, ਉਹਦੇ ਬਿਲਕੁਲ ਹੀ ਖਿਲਾਫ ਆ ਜੀ। ਜਿਹੜੇ ਬੰਦਾ ਮਹੱਲੇ 'ਚ 2 ਰਾਏ ਕਰੂਗਾ, ਵੀ ਆਪਦੇ ਤਾਂ
प्यारे छेत्या सब कुछ दोगे चार चार बारी तो दूसरे लोगों की फोकी बात भी नहीं पुछनी। तुहाडे कहने दा भावा भी जो मतलब सरकार ने राशन मुहैया कराया वह बिना भेदभाव तो होना चाहिए। बिना भेदभाव तो बिल्कुल जी सरकार कैप्टन साहब भी उन्होंने कोई दोष नहीं। कैप्टन साहब ने तो साडी सरकार ने पंजाब कांग्रेस गवर्नमेंट ने सानू राशन सिर्फ गरीबा लिए मुहैया कराया वा। हालांकि यह नहीं है भी जेडे इन्होंने कांग्रेस के अगले चहेते लुको जाए या सामझ जा इस कैप्टन साहब का कोई दोष नहीं है। उन्होंने तो गरीबा गड्डिया भर भर भेज के लिया भी देख लो दे दौ पर यह बंदे जो इतों वाले वो नहीं दे रहे। तुसी मतलब सरकार तो प्रशासन तो की मंग करते हो? असी तो मान जो कैप्टन साहब यही बेनती करते हैं भी बहुत बहुत थोड़ा धन्यवाद शुक्रिया जो तुम साढ़े इन्नी हिम्मत करी जाने पर थोड़ी एक बेनती हो रही भी जो उन्होंने ये बेनती करो भी जो गरीब आ उन्होंने देख के उन्होंने घर देख के जरूर दौ बेचारियों। हालांकि कहने का भाव भी जो जमीनी हकीकत देखा जाए जमीनी हकीकत देखा जाए जी। धन्यवाद। मेरा नाम प्रीतम सिंह है जी। अपना केड़ी संस्था तुसी? पेंडू मजदूर यूनियन दे आगू मैं जनरल सकत्तर हाँ जगरों हल्के का। ठीक है, की कहना चाहते हो जी? मैं गरीबा की हेल्पलाइन बोलना जी भी इन्हों राशन नहीं मिले हजे तक ये तीन चार बारी गड्डिया आईया इतने राशन ला के गई वो जिड़िया सिफारशा के राही राशन दिता जाता एक घर पांच बारी राशन कले कले जी एक एक थैली मिल चुकी है ते किसी नूं एक बारी भी नहीं मिले। जदों दा लॉकडाउन शुरू होया राशन मिले ते परिवारां नूं कि नहीं? नहीं परिवारां नूं नहीं। ते तुसीं वी बासी इत्थे दे ही हो? इत्थे दे बासी हां। ते किसी नाल प्रशासन जां अपने एमसी मौजूदा नाल फोन नहीं चकदे? लिंक बनाने की कोशिश कीती कोई? इहनां नूं घरे घरे गया फोनां राहीं भी कीती ओं भी कोशिश करी जांदे नंबर नहीं आया पुलिस नहीं जांदी थोड़ा नंबर ही नहीं आया ओह कहिंदे थोड़ा नंबर ही नहीं आया। तुसीं प्रशासन तों ते सरकार तों की मंग करदे हो? असीं मंग करदे हां जी भी गरीबां नूं जिन्ना जिन्ना भी लोड़वंद हैगे आ हां बशक घर देख के देण उन्होंने राशन मिलना चाहिए कोई दूषणा भावना नहीं होनी चाहिए जी।